ਨਮਸਕਾਰ, ਸਤਿ ਸ਼੍ਰੀ ਅਕਾਲ। ਮੈਂ ਐਸਟ੍ਰੋਲੋਜਰ ਮਨੀਸ਼ਾ ਕੌਸ਼ਿਕ, ਤੁਹਾਡਾ ਸਾਰਿਆਂ ਦਾ ਜੋਤਿਸ਼ ਦੇ ਸਭ ਤੋਂ ਖਾਸ ਅਤੇ ਪੋਪੂਲਰ ਸ਼ੋਅ ਤੁਹਾਡੇ ਸਿਤਾਰੇ PTC ਦੇ ਉੱਤੇ ਤਹਿ ਦਿਲੋਂ ਸਵਾਗਤ ਕਰਦੀ ਹਾਂ। ਆਪਣੇ ਮੈਂਟੋਰ, ਆਪਣੇ ਗਾਈਡ, ਆਪਣੇ ਫਾਦਰ ਐਸਟ੍ਰੋਲੋਜਰ ਡਾਕਟਰ ਪ੍ਰੇਮ ਕੁਮਾਰ ਸ਼ਰਮਾ ਜੀ ਦੀ ਗਾਈਡੈਂਸ ਨਾਲ ਮੈਂ ਡਿਸਕਸ ਕਰੂੰਗੀ ਦਿਨ ਦਾ ਪੰਚਾਂਗ ਅਤੇ ਰਾਸ਼ੀਫਲ। ਸਭ ਤੋਂ ਪਹਿਲਾਂ ਅੱਜ ਦਾ ਪੰਚਾਂਗ। ਅੱਜ 6 ਅਕਤੂਬਰ 2024 ਅਤੇ ਦਿਨ ਹੈ ਰਵੀਵਾਰ, ਯਾਨੀ ਸੰਡੇ। ਸ਼ੁਕਲ ਪਕਸ਼ ਤ੍ਰਿਤੀਆ ਤਿਥੀ ਰਹੇਗੀ ਸਵੇਰ ਦੇ 7:48 ਤੱਕ, ਉਹ ਤੋਂ ਬਾਅਦ ਚਤੁਰਥੀ ਤਿਥੀ ਲੱਗ ਜਾਏਗੀ। ਅੱਜ ਗੰਡਮੂਲ ਨਹੀਂ ਹੈ, ਅੱਜ ਪੰਚਕ ਵੀ ਨਹੀਂ। ਗੱਲ ਕਰੀਏ ਰਾਹੂ ਕਾਲ ਦੀ, ਤੇ ਸ਼ਾਮ ਦੇ 4:32 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਦਾ ਸਮਾਂ ਜਿਹੜਾ ਹੈ ਉਹ ਰਾਹੂ ਕਾਲ ਦਾ ਹੈ। ਇੱਕ ਹੋਰ ਇਨਆਸਪੀਸ਼ੀਅਸ ਟਾਈਮ ਜਿਹਨੂੰ ਕਿ ਅਮਗੰਧਮ ਕਾਲ ਕਹਿੰਦੇ ਨੇ, ਜਿਹਦੇ ਵਿੱਚ ਵੀ ਕੋਈ ਜ਼ਰੂਰੀ ਕੰਮ ਕਰਨਾ ਹੋਵੇ, ਕੋਈ ਇੰਪੋਰਟੈਂਟ ਡਿਸੀਜਨ ਲੈਣਾ ਹੋਵੇ, ਜੇ ਅਵੋਇਡ ਕਰ ਦਿੱਤਾ ਜਾਵੇ ਤਾਂ ਬਿਹਤਰ ਹੁੰਦਾ ਹੈ। ਆ ਸਮਾਂ ਰਹੇਗਾ ਦੁਪਹਿਰ ਦੇ 12:07 ਤੋਂ ਲੈ ਕੇ ਦੁਪਹਿਰ ਦੇ 1:35 ਤੱਕ। ਹੁਣ ਜੇ ਜ਼ਰੂਰੀ ਕੰਮ ਕਰਨਾ ਹੈ ਤਾਂ ਦਿਨ ਦਾ ਸਭ ਤੋਂ ਸ਼ੁਭ ਸਮਾਂ ਵੀ ਪਤਾ ਹੋਣਾ ਚਾਹੀਦਾ, ਉਹ ਵੀ ਦੱਸ ਰਹੀ ਹਾਂ, ਜ਼ਰੂਰ ਨੋਟ ਕਰਨਾ ਹੈ। ਅੱਜ ਸਭ ਤੋਂ ਸ਼ੁਭ ਸਮਾਂ ਜਿਹੜਾ ਹੈ ਉਹ ਰਹੇਗਾ ਦੁਪਹਿਰ ਦੇ 1:36 ਤੋਂ ਲੈ ਕੇ ਦੁਪਹਿਰ ਦੇ 3:04 ਤੱਕ। ਹੁਣ ਗੱਲ ਕਰਾਂਗੇ ਰਾਸ਼ੀਫਲ ਦੀ। ਏਰੀਜ਼ ਯਾਨੀ ਮੇਸ਼ ਰਾਸ਼ੀ ਵਾਲਿਆਂ ਨੂੰ ਖਾਣ ਪਾਣ ਦਾ ਖਾਸ ਧਿਆਨ ਰੱਖਣਾ ਪੈਣਾ ਹੈ, ਅਤੇ ਤੁਸੀਂ ਅੱਜ ਜੇ ਆਪਣੀ ਡਾਇਟ 'ਚ ਥੋੜ੍ਹੇ ਜਿਹੇ ਚੇਂਜਸ ਕਰ ਲਓ ਤਾਂ ਤੁਸੀਂ ਪਹਿਲਾਂ ਨਾਲੋਂ ਕਈ ਗੁਣਾ ਜ਼ਿਆਦਾ ਬਿਹਤਰ ਮਹਿਸੂਸ ਕਰੋਗੇ। ਵਕੇਸ਼ਨ 'ਤੇ, ਛੁੱਟੀਆਂ 'ਤੇ ਜਾਣ ਦਾ ਪਲਾਨ ਵੀ ਬਣ ਸਕਦਾ ਹੈ। ਆਉਣ ਵਾਲੇ ਤਿਉਹਾਰਾਂ ਦੀ ਤਿਆਰੀ 'ਚ ਵੀ ਦਿਨਾਂ 'ਚ ਜਿਹੜਾ ਹੈ ਬਿਜ਼ੀ ਰਹਿ ਸਕਦਾ ਹੈ। ਅੱਜ ਤੁਹਾਡੀ ਹੈਲਪਫੁਲ ਨੇਚਰ ਦੀ ਕਾਰਨ ਤੁਹਾਡੀ ਤਾਰੀਫ ਹੋਏਗੀ, ਤੁਹਾਡਾ ਸਰਕਲ ਜਿਹੜਾ ਹੈ ਵਧੇਗਾ, ਚੰਗੇ ਲੋਕ ਤੁਹਾਡੇ ਸੰਪਰਕ 'ਚ ਆਉਣਗੇ। ਤੁਹਾਡੀ ਪੇਸ਼ੈਂਸ ਦਾ ਜ਼ਰੂਰ ਕੋਈ ਟੈਸਟ ਲੈ ਸਕਦਾ ਹੈ, ਅਤੇ ਤੁਸੀਂ ਫੇਲ ਨਹੀਂ ਹੋਣਾ, ਆਪਣੀ ਪੇਸ਼ੈਂਸ ਨੂੰ ਬਰਕਰਾਰ ਰੱਖਣਾ ਅੱਜ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 17, ਲੱਕੀ ਕਲਰ ਰਹੇਗਾ ਗ੍ਰੀਨ, ਅਤੇ ਤੁਸੀਂ ਉਪਾਏ ਕੀ ਕਰਨੇ, ਆਪਣੇ ਨਹਾਉਣ ਦੇ ਪਾਣੀ 'ਚ ਜੇ ਥੋੜ੍ਹਾ ਜਿਹਾ ਗੁਲਾਬ ਜਲ ਜਾਂ ਕੁਛ ਗੁਲਾਬ ਦੀਆਂ ਪੱਤੀਆਂ ਮਿਲਾ ਕੇ ਨਹਾਇਆ ਜਾਵੇ ਤਾਂ ਦਿਨ ਹੋਰ ਵੀ ਵਧੀਆ ਬਣ ਸਕਦਾ। ਟੌਰਸ ਯਾਨੀ ਵ੍ਰਿਸ਼ਭ ਰਾਸ਼ੀ ਵਾਲਿਆਂ ਵਾਸਤੇ ਥੋੜ੍ਹਾ ਜਿਹਾ ਜਿਹੜਾ ਹੈ ਸਟ੍ਰੈਸਫੁਲ ਦਿਨ ਨਜ਼ਰ ਆ ਰਿਹਾ, ਪਰ ਚਲੋ ਇਸ ਗੱਲ ਨੂੰ ਸੁਣਨ ਤੋਂ ਬਾਅਦ ਉਸਨੂੰ ਸੋਲਵ ਵੀ ਕਰ ਦੇਣ। ਓਵਰਆਲ ਜੇ ਕਿਸੇ ਗੱਲ ਦਾ ਬੋਝ ਤੁਸੀਂ ਆਪਣੇ ਦਿਮਾਗ 'ਤੇ ਪਾਇਆ ਹੋਇਆ ਹੈ, ਜਾਂ ਦਿਲ 'ਤੇ ਕੋਈ ਚੀਜ਼ ਤੁਹਾਨੂੰ ਬਹੁਤ ਜ਼ਿਆਦਾ ਸੈਂਸਿਟਿਵ ਤੁਸੀਂ ਬਣ ਗਏ ਹੋ, ਅਤੇ ਬਹੁਤ ਜ਼ਿਆਦਾ ਕੋਈ ਕਿਸੇ ਗੱਲ ਨੂੰ ਦਿਲ ਨਾਲ ਲਾਇਆ ਹੋਇਆ ਹੈ, ਅਤੇ ਅੱਜ ਥੋੜ੍ਹਾ ਜਿਹਾ ਆਪਣੇ ਆਪ ਨੂੰ ਹੈਲਪ ਕਰਨੀ ਹੈ, ਇਹੋ ਜਿਹੀ ਗੱਲਾਂ ਤੋਂ ਆਪਣੇ ਆਪ ਨੂੰ ਜਿਹੜਾ ਹੈ ਬਚਾ ਕੇ ਚੱਲਣਾ, ਤਾਂ ਕਿ ਕੋਈ ਵੀ ਤੋਂ ਨਾ ਤੁਹਾਡੀ ਇਮੋਸ਼ਨਲ ਹੈਲਥ ਖਰਾਬ ਹੋਵੇ, ਨਾ ਤੁਹਾਡੀ ਮੈਂਟਲ ਹੈਲਥ ਖਰਾਬ ਹੋਵੇ। ਕੋਈ ਗੱਡੀ ਜਾਂ ਕੋਈ ਮਹਿੰਗੀ ਆਈਟਮ ਖਰੀਦਣ ਦਾ ਅੱਜ ਪਲਾਨ ਬਣ ਸਕਦਾ, ਇਸ ਕਰਕੇ ਸਾਰੀ ਐਨਰਜੀਜ਼ ਇੱਥੇ ਲਗਾਉਣੀਆਂ ਨੇ ਅੱਜ। ਅੱਜ ਕਿਸੇ ਇੰਟਰਸਟਿੰਗ ਜਗ੍ਹਾ ਨੂੰ ਐਕਸਪਲੋਰ ਕਰਨ ਦਾ ਮੌਕਾ ਵੀ ਮਿਲ ਸਕਦਾ ਹੈ, ਕੋਈ ਨਵਾਂ ਕੁਜ਼ੀਨ ਟਰਾਈ ਕਰਨ ਦਾ ਮੌਕਾ ਮਿਲ ਸਕਦਾ ਹੈ। ਮੈਰਿਟਲ ਲਾਈਫ ਵਿੱਚ ਥੋੜ੍ਹੀ ਜਿਹੀ ਪੇਸ਼ੈਂਸ ਦੀ ਜ਼ਰੂਰਤ ਹੋਣੀ ਹੈ, ਕਿਸੇ ਗੱਲ ਨੂੰ ਲੈ ਕੇ ਤੁਹਾਡੇ ਪਾਰਟਨਰ ਦਾ ਮੂਡ ਅਪਸੈਟ ਹੋ ਸਕਦਾ ਹੈ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 3, ਲੱਕੀ ਕਲਰ ਰਹੇਗਾ ਵਾਈਟ, ਅਤੇ ਤੁਸੀਂ ਉਪਾਏ ਕੀ ਕਰਨਾ, ਕਿਸੇ ਵੀ ਜ਼ਰੂਰੀ ਕੰਮ 'ਤੇ ਜਾਣਾ ਹੈ ਜਾਂ ਤੁਸੀਂ ਘਰੋਂ ਬਾਹਰ ਜਦੋਂ ਵੀ ਜਾਣਾ, ਕੱਪੜਿਆਂ ਦੇ ਉੱਤੇ ਥੋੜ੍ਹਾ ਜਿਹਾ ਪਵਿੱਤਰ ਜਲ ਛਿੜਕ ਕੇ ਫਿਰ ਜਾਣਾ। ਜਮਨਾ ਯਾਨੀ ਮਿਥੁਨ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਕੋਈ ਮਹਿੰਗੀ ਖਰੀਦਾਰੀ ਜੇ ਤੁਸੀਂ ਕਰਨਾ ਚਾਹੁੰਦੇ ਸੀ ਤੇ ਹੁਣ ਉਹਦੇ ਵਾਸਤੇ ਫੰਡਸ ਤੁਸੀਂ ਇਕੱਠੇ ਕਰ ਲਏ, ਹੁਣ ਜਿਹੜੇ ਅਗਲਾ ਸਟੈਪ ਹੈ ਉਹ ਹੈਗਾ, ਜੇ ਨੈਗੋਸੀਏਸ਼ਨ ਪੋਸੀਬਲ ਹੈ ਤਾਂ ਨੈਗੋਸੀਏਸ਼ਨ ਕੀਤੀ ਜਾਵੇ, ਨਹੀਂ ਤਾਂ ਚੀਜ਼ ਨੂੰ ਬੁੱਕ ਕੀਤਾ ਜਾਵੇ। ਵਿਦੇਸ਼ ਜਾਣ ਦੇ ਚਾਂਸਿਸ ਕਈ ਲੋਕਾਂ ਵਾਸਤੇ ਬਣਦੇ ਹੋਏ ਨਜ਼ਰ ਆ ਰਹੇ ਨੇ, ਇਹੀ ਚਾਂਸਿਸ ਨੂੰ ਐਕਸਪਲੋਰ ਕਰਨ ਵਾਸਤੇ ਅੱਜ ਦਾ ਦਿਨ ਵਧੀਆ ਰਹੇਗਾ। ਕੁਛ ਰਿਲੇਸ਼ਨਸ਼ਿਪ ਫਰੰਟ 'ਤੇ ਜੇ ਨਵੀਂ ਸ਼ੁਰੂਆਤ ਕਰਨੀ ਹੈ ਤਾਂ ਫਿਰ ਪਾਸਟ ਨੂੰ ਭੁੱਲਣਾ ਜ਼ਰੂਰੀ ਹੋਏਗਾ, ਕੋਈ ਵੀ ਗੱਲਾਂ ਪਾਸਟ 'ਚੋਂ ਲੈ ਕੇ ਜੇ ਤੁਹਾਨੂੰ ਡਿਸਟਰਬ ਕਰ ਰਹੀਆਂ ਨੇ ਤਾਂ ਪਹਿਲਾਂ ਆਪਣੀ ਕਲੈਂਜਿੰਗ, ਆਪਣੇ ਮਾਇੰਡ ਦੀ ਕਲੈਂਜਿੰਗ, ਔਰਾ ਦੀ ਕਲੈਂਜਿੰਗ ਕਰਨਾ ਜ਼ਰੂਰੀ ਹੋਏਗਾ। ਆਪਣੇ ਲਾਈਫ ਪਾਰਟਨਰ ਨਾਲ ਕੀਤਾ ਹੋਇਆ ਪ੍ਰੋਮਿਸ ਤੁਹਾਨੂੰ ਜ਼ਰੂਰ ਰੱਖਣਾ ਚਾਹੀਦਾ, ਨਹੀਂ ਤਾਂ ਕਿਤੇ ਨਾ ਕਿਤੇ ਮਿਸਅੰਡਰਸਟੈਂਡਿੰਗ ਹੋ ਸਕਦੀ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 11, ਲੱਕੀ ਕਲਰ ਰਹੇਗਾ ਗੋਲਡਨ, ਅਤੇ ਤੁਸੀਂ ਉਪਾਏ ਕੀ ਕਰਨਾ, ਪਕਸ਼ੀਆਂ ਨੂੰ ਭਿੱਜਿਓ ਹੀ ਹਰੀ ਮੂੰਗ ਪਾਉਣਾ, ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਕੈਂਸਰ ਯਾਨੀ ਕਰਕ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਹੈਲਥ ਸੰਬੰਧਿਤ ਕੋਈ ਵੀ ਪ੍ਰੋਬਲਮਸ ਚੱਲ ਰਹੀਆਂ ਸੀ ਹੁਣ ਦੂਰ ਹੋਣਗੀਆਂ,
ਕਿਸੇ ਦਾ ਦਿੱਤਾ ਹੋਇਆ ਪੈਸਾ ਹੁਣ ਤੁਸੀਂ ਲੌਟਾ ਸਕੋਗੇ, ਦਿਨ ਤੁਹਾਡੇ ਵਾਸਤੇ ਫਾਈਨੈਂਸ਼ੀਅਲੀ ਠੀਕ ਠਾਕ ਨਜ਼ਰ ਆ ਰਿਹਾ, ਪਰ ਹਾਂ ਕਿਸੇ ਕੰਮ ਨੂੰ ਲੈ ਕੇ ਅੱਜ ਕੋਈ ਸ਼ਖਸ ਤੁਹਾਡੀ ਜ਼ਰੂਰ ਹੈਲਪ ਤੁਹਾਨੂੰ ਆਫਰ ਕਰ ਸਕਦਾ। ਓਵਰਆਲ ਜਿਹੜਾ ਹੈ ਤੁਹਾਡੀ ਸਪਿਰਿਚੁਅਲ ਜਰਨੀ ਵਿੱਚ ਤੁਹਾਨੂੰ ਐਲੀਵੇਸ਼ਨ ਮਿਲੇਗੀ, ਤੁਸੀਂ ਜਿਹੜਾ ਹੈ ਪਹਿਲਾਂ ਨਾਲੋਂ ਜ਼ਿਆਦਾ ਸਕੂਨ ਮਹਿਸੂਸ ਕਰ ਸਕੋਗੇ, ਧਰਮ ਕਰਮ ਦੇ ਕੰਮਾਂ ਨਾਲ ਜੁੜਨ ਵਾਸਤੇ ਵੀ ਅੱਜ ਦਾ ਦਿਨ ਖਾਸ ਰਹੇਗਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 8, ਲੱਕੀ ਕਲਰ ਰਹੇਗਾ ਬਰਾਊਨ, ਅਤੇ ਤੁਸੀਂ ਉਪਾਅ ਕੀ ਕਰਨਾ, ਸ਼੍ਰੀ ਦੁਰਗਾ ਚਾਲੀਸਾ ਦਾ ਪਾਠ ਕਰਨਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਲੀਓ ਯਾਨੀ ਸਿੰਘ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਬਦਲਦੇ ਮੌਸਮ ਵਿੱਚ ਆਪਣੀ ਹੈਲਥ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੋਏਗਾ। ਇਨਕਮ ਤਾਂ ਅੱਗੇ ਆਉਣ ਵਾਲੇ ਸਮੇਂ 'ਚ ਵਧੀ ਜਾਣੀ ਹੈ, ਪਰ ਲਾਈਫ ਸਟਾਈਲ 'ਚ ਇੰਪਰੂਵਮੈਂਟ ਜਿਹੜੀ ਹੈ ਉਹ ਅੱਜ ਤੋਂ ਹੀ ਤੁਹਾਨੂੰ ਸ਼ੁਰੂਆਤ ਕਰਨੀ ਪੈਣੀ ਹੈ। ਓਵਰਆਲ ਫੈਮਿਲੀ ਰਿਸਪੋਂਸੀਬਿਲਿਟੀਜ਼ ਨੂੰ ਲੈ ਕੇ ਦਿਨ ਜਿਹੜਾ ਹੈ ਥੋੜ੍ਹਾ ਜਿਹਾ ਵਿਅਸਤ ਰਹਿ ਸਕਦਾ ਹੈ, ਜ਼ਿੰਮੇਵਾਰੀਆਂ ਤੁਹਾਡੀਆਂ ਵੱਧ ਸਕਦੀਆਂ ਨੇ। ਡਰਾਈਵਿੰਗ ਕਰਦੇ ਵਕਤ ਅੱਜ ਖਾਸ ਧਿਆਨ ਰੱਖਣਾ, ਬੜੀ ਕੇਅਰਫੁਲ ਅਪਰੋਚ ਜਿਹੜੀ ਹੈ ਹੋਣੀ ਚਾਹੀਦੀ ਹੈ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 1, ਲੱਕੀ ਕਲਰ ਰਹੇਗਾ ਔਰੇਂਜ, ਅਤੇ ਤੁਸੀਂ ਉਪਾਅ ਕੀ ਕਰਨਾ, ਕਿਸੇ ਵੀ ਧਰਮਸ਼ਾਲਾ 'ਚ ਬਿਸਤਰਿਆਂ ਦਾ ਦਾਨ ਦੇਣਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਵਰਗੋ ਯਾਨੀ ਕੰਨਿਆ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਸੀਜ਼ਨਲ ਐਲਰਜੀਜ਼, ਸੀਜ਼ਨਲ ਏਲਮੈਂਟਸ ਤੋਂ ਅੱਜ ਰਾਹਤ ਮਿਲ ਸਕਦੀ ਹੈ। ਕੋਈ ਨਾ ਕੋਈ ਘਰੇਲੂ ਨੁਸਖਾ ਵੀ ਤੁਹਾਨੂੰ ਤੁਹਾਡੀ ਇਮਿਊਨਿਟੀ ਨੂੰ ਵਧਾਉਣ ਵਾਸਤੇ ਤੁਹਾਡੀ ਹੈਲਪ ਕਰੇਗਾ। ਜਿਹੜੇ ਹੈ ਡਿਫਰੈਂਟ ਸੋਰਸਿਸ ਤੋਂ ਇਨਕਮ ਜਨਰੇਟ ਹੋਣ ਦੇ ਹੁਣ ਚਾਂਸਿਸ ਨਜ਼ਰ ਆ ਰਹੇ ਨੇ। ਜਿਹੜੇ ਲੋਕ ਸਾਈਡ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਸੀ, ਆਪਣੀ ਹੋਬੀ ਨੂੰ ਐਜ਼ ਅ ਪ੍ਰੋਫੈਸ਼ਨ ਲੈਣਾ ਚਾਹੁੰਦੇ ਸੀ, ਤੁਹਾਡੇ ਵਾਸਤੇ ਉਸ ਦਿਨ ਖਾਸ ਰਹੇਗਾ। ਜਿਹੜੇ ਲੋਕ ਆਲਰੇਡੀ ਛੁੱਟੀਆਂ 'ਤੇ ਨੇ, ਆਲਰੇਡੀ ਕਿਤੇ ਘੁੰਮਣ ਗਏ ਹੋਏ ਨੇ, ਤੁਹਾਡੇ ਵਾਸਤੇ ਤਾਂ ਸਮਾਂ ਇੰਟਰਸਟਿੰਗ ਰਹੇਗਾ ਹੀ ਰਹੇਗਾ। ਅਤੇ ਜਿਹੜੇ ਲੋਕ ਟਰੈਵਲ ਅਤੇ ਟੂਰਿਜ਼ਮ ਸੈਕਟਰ ਨਾਲ ਜੁੜੇ ਹੋਏ ਨੇ, ਅੱਜ ਦਾ ਦਿਨ ਤੁਹਾਡਾ ਵੀ ਬਿਜ਼ੀ ਹੋ ਰਹਿ ਸਕਦਾ। ਕੁਛ ਨਵਾਂ ਜੇ ਸ਼ੁਰੂ ਕਰਨਾ ਹੈ ਤਾਂ ਪੂਰੀ ਰਿਸਰਚ ਤੋਂ ਬਾਅਦ ਅੱਗੇ ਵਧਣਾ ਚਾਹੀਦਾ, ਨਹੀਂ ਤਾਂ ਕਿਤੇ ਨਾ ਕਿਤੇ ਜਿਹੜਾ ਹੈ ਇੱਕ ਗੇਅਰ ਪਿੱਛੇ ਦੁਆਰਾ ਲੈਣਾ ਪੈ ਸਕਦਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 6, ਲੱਕੀ ਕਲਰ ਰਹੇਗਾ ਮਜੈਂਟਾ, ਅਤੇ ਤੁਸੀਂ ਉਪਾਅ ਕੀ ਕਰਨਾ, ਕਿਸੇ ਵੀ ਜ਼ਰੂਰਤਮੰਦ ਸ਼ਖਸ ਨੂੰ ਸਪੈਸ਼ਲੀ ਬਲੂ ਕਲਰ ਦੇ ਕੱਪੜੇ ਦਾ ਦਾਨ ਦੇਣਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਲਿਬਰਾ ਯਾਨੀ ਤੁਲਾ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਸਿਹਤ ਦੇ ਮਾਮਲੇ 'ਚ ਹੁਣ ਥੋੜ੍ਹੀ ਜਿਹੀ ਅਹਿਤਿਆਤ ਵਰਤਣੀ ਚਾਹੀਦੀ ਹੈ ਤੁਹਾਨੂੰ। ਖਾਣ ਪਾਣ ਹੋਵੇ ਜਾਂ ਫਿਰ ਐਕਸਰਸਾਈਜ਼ ਹੋਵੇ, ਆਪਣੇ ਆਪ ਨੂੰ ਥੋੜ੍ਹਾ ਜਿਹਾ ਐਕਟਿਵ ਜ਼ਰੂਰ ਰੱਖਣਾ। ਕਿਸੇ ਕਰੀਬੀ ਨੂੰ ਮਿਲਣ ਦੀ ਪਲੈਨਿੰਗ ਕੀਤੀ ਜਾ ਸਕਦੀ ਹੈ, ਕਿਸੇ ਕਰੀਬੀ ਦਾ ਘਰ ਆਉਣਾ ਮੁਮਕਿਨ ਲੱਗ ਰਿਹਾ, ਕਿਸੇ ਖਾਸ ਕੰਮ ਵਾਸਤੇ ਜਿਹੜੇ ਲੋਕ ਟਰੈਵਲ ਕਰ ਰਹੇ ਨੇ, ਅਤੇ ਤੁਹਾਨੂੰ ਉਹਦੇ ਵਿੱਚ ਸਫਲਤਾ ਯਾਨੀ ਸਕਸੈਸ ਜ਼ਰੂਰ ਮਿਲੇਗੀ। ਆਪਣੇ ਲਾਈਫ ਪਾਰਟਨਰ ਨਾਲ ਕੁਆਲਿਟੀ ਟਾਈਮ ਸਪੈਂਡ ਕਰਕੇ ਆਪਣੇ ਫਿਊਚਰ ਗੋਲਸ ਨੂੰ ਵੀ ਸੈੱਟ ਕੀਤਾ ਜਾ ਸਕਦਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 2, ਲੱਕੀ ਕਲਰ ਰਹੇਗਾ ਯੈਲੋ, ਅਤੇ ਤੁਸੀਂ ਉਪਾਅ ਕੀ ਕਰਨਾ, ਕਿਸੇ ਜ਼ਰੂਰਤਮੰਦ ਸ਼ਖਸ ਦੀ ਦਵਾਈ ਨਾਲ ਜਾਂ ਇਲਾਜ ਦੀ ਫੀਸ ਨਾਲ ਮਦਦ ਕਰਨਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਸਕੋਰਪੀਓ ਯਾਨੀ ਵ੍ਰਿਸ਼ਚਿਕ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਅੱਜ ਤੁਸੀਂ ਪਹਿਲਾਂ ਨਾਲੋਂ ਜ਼ਿਆਦਾ ਫਿੱਟ ਅਤੇ ਐਨਰਜੈਟਿਕ ਮਹਿਸੂਸ ਕਰੋਗੇ। ਓਵਰਆਲ ਫਾਈਨੈਂਸ਼ੀਅਲ ਸਥਿਤੀ ਠੀਕ ਠਾਕ ਨਜ਼ਰ ਆ ਰਹੀ ਹੈ। ਘਰ ਪਰਿਵਾਰ ਵਾਸਤੇ ਕੋਈ ਚੀਜ਼ ਖਰੀਦਣਾ ਚਾਹ ਰਹੇ ਸੀ ਤਾਂ ਮੁਮਕਿਨ ਹੋਏਗਾ। ਯਾਰਾਂ ਦੋਸਤਾਂ ਨਾਲ ਕਿਤੇ ਘੁੰਮਣ ਜਾਣ ਦਾ ਪ੍ਰੋਗਰਾਮ ਬਣ ਸਕਦਾ ਹੈ। ਕੋਈ ਆਲਰੇਡੀ ਪਾਸਟ 'ਚੋਂ ਟਰੈਵਲ ਤੁਸੀਂ ਕੀਤਾ ਹੋਇਆ ਉਹਦੀ ਮੈਮਰੀਜ਼ ਵੀ ਹੁਣ ਦੁਬਾਰਾ ਰਿਵਾਈਵ ਕੀਤੀ ਜਾ ਸਕਦੀਆਂ ਨੇ। ਕਈ ਲੋਕਾਂ ਵਾਸਤੇ ਸੈਲਫ ਰਿਸਪੈਕਟ ਨੂੰ ਲੈ ਕੇ ਅੱਜ ਜਿਹੜੀ ਹੈ ਉਹ ਨਵੀਂ ਇੱਕ ਤੁਹਾਨੂੰ ਆਪਣਾ ਸ਼ੇਡ ਜਿਹੜਾ ਹੈ ਨਜ਼ਰ ਆਏਗਾ। ਕਿਸੇ ਗੱਲ ਨੂੰ ਲੈ ਕੇ ਤੁਹਾਨੂੰ ਆਪਣਾ ਸਟੈਂਡ ਮਜ਼ਬੂਤ ਕਰਨਾ ਪੈ ਸਕਦਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 4, ਲੱਕੀ ਕਲਰ ਰਹੇਗਾ ਰੋਇਲ ਬਲੂ, ਅਤੇ ਤੁਸੀਂ ਉਪਾਅ ਕੀ ਕਰਨਾ, ਗਊ ਨੂੰ ਗੇਹੂੰ ਦੀ ਰੋਟੀ ਦੇ ਉੱਤੇ ਗੁੜ ਰੱਖ ਕੇ ਖਵਾਉਣਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਸੈਜੀਟੇਰੀਅਸ ਯਾਨੀ ਧਨੂ ਰਾਸ਼ੀ ਵਾਲਿਆਂ ਵਾਸਤੇ ਐਕਸਰਸਾਈਜ਼ ਹੁਣ ਬੇਹੱਦ ਜ਼ਰੂਰੀ ਨਜ਼ਰ ਆ ਰਹੀ ਹੈ। ਜੇ ਫਿਜ਼ੀਕਲ ਐਕਟੀਵਿਟੀ 'ਚ ਤੁਸੀਂ ਨਹੀਂ ਇਨਵੋਲਵ ਹੋਏ ਤਾਂ ਫਿਰ ਕਿਤੇ ਨਾ ਕਿਤੇ ਜਿਹੜੀ ਲਥਾਰਜੀਨੈਸ ਹੈ ਜਾਂ ਲੇਜ਼ੀਨੈਸ ਹੈ ਉਹ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ। ਬੋਡੀ ਦਾ ਰਿਸਪੋਂਸ ਟਾਈਮ ਥੋੜ੍ਹਾ ਜਿਹਾ ਘੱਟ ਹੋ ਸਕਦਾ। ਫੈਮਿਲੀ ਫਰੰਟ ਓਵਰਆਲ ਸਕੂਨ ਵਾਲਾ ਨਜ਼ਰ ਆ ਰਿਹਾ। ਸੋਸ਼ਲੀ ਜਿਹੜਾ ਹੈ ਆਪਣੇ ਕਨੈਕਸ਼ਨਸ ਨੂੰ ਰਿਵਾਈਵ ਕਰਨ ਵਾਲਾ ਦਿਨ ਹੈ। ਕੋਈ ਨਾ ਕੋਈ ਕੰਟੈਕਟ ਤੁਹਾਡੇ ਵਾਸਤੇ ਕਾਫੀ ਫਾਇਦੇਮੰਦ ਸਾਬਿਤ ਹੋਏਗਾ, ਇਨਫੈਕਟ ਬਿਜ਼ਨਸ ਫਰੰਟ ਵਾਸਤੇ ਵੀ।
ਕੁਛ ਲੋਕਾਂ ਵਾਸਤੇ ਜਿਹੜਾ ਹੈ ਲੱਕ ਅੱਜ ਜ਼ਰੂਰ ਸਾਥ ਦੇਵੇਗਾ, ਕਿਤੇ ਨਾ ਕਿਤੇ ਕੋਈ ਇੰਪੋਰਟੈਂਟ ਕੰਮ ਜਿਹੜਾ ਹੈ ਤੁਹਾਡਾ ਬਣ ਸਕਦਾ ਹੈ, ਉਹਦੇ ਵਾਸਤੇ ਤੁਹਾਨੂੰ ਕਾਲ ਆ ਸਕਦੀ ਹੈ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 7, ਲੱਕੀ ਕਲਰ ਰਹੇਗਾ ਕ੍ਰੀਮ, ਅਤੇ ਤੁਸੀਂ ਉਪਾਅ ਕੀ ਕਰਨਾ, ਕਿਸੇ ਵੀ ਧਰਮ ਸਥਲ 'ਤੇ 3 ਕਿਸਮਾਂ ਦੀ ਦਾਲਾਂ ਦੇਣਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਕੈਪਰੀਕੋਨ ਯਾਨੀ ਮਕਰ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਸੈਲਫ ਕੰਟਰੋਲ ਅੱਜ ਤੁਹਾਡੇ ਵਾਸਤੇ ਇੱਕ ਬਹੁਤ ਇੰਪੋਰਟੈਂਟ ਮੰਤਰ ਹੋਣਾ, ਕਈ ਚੀਜ਼ਾਂ ਕਈ ਪ੍ਰੋਬਲਮਸ ਤੋਂ ਬਾਹਰ ਨਿਕਲਣ ਵਾਸਤੇ। ਟੱਚਵੁੱਡ, ਸਿਹਤ ਠੀਕ ਰਹੇਗੀ ਅਤੇ ਸੈਲਫ ਕੰਟਰੋਲ ਹੀ ਸਿਹਤ ਨੂੰ ਮੇਨਟੇਨ ਕਰਨ ਵਾਸਤੇ ਤੁਹਾਡੀ ਹੈਲਪ ਕਰੇਗਾ। ਅੱਜ ਹੋਮਮੇਕਰ ਜਿਹੜੇ ਨੇ ਕੁਛ ਨਵੇਂ ਆਈਡੀਆਜ਼ ਘਰੇ ਇੰਪਲੀਮੈਂਟ ਕਰ ਸਕਦੇ ਨੇ, ਕੋਈ ਨਵੀਂ ਰੈਸਿਪੀ ਤੁਸੀਂ ਟਰਾਈ ਕੀਤੀ ਹੈ ਉਹਦੇ ਵਾਸਤੇ ਵੀ ਤੁਹਾਨੂੰ ਤਾਰੀਫ ਮਿਲ ਸਕਦੀ ਹੈ। ਕਿਸੇ ਇੰਪੋਰਟੈਂਟ ਚੀਜ਼ ਨੂੰ ਲੈ ਕੇ ਹੁਣ ਇੰਤਜ਼ਾਰ ਜਿਹੜਾ ਹੈ ਓਵਰ ਹੋਏਗਾ, ਖਤਮ ਹੋਏਗਾ। ਅੱਜ ਜਿਹੜਾ ਹੈ ਤੁਹਾਡੇ ਐਫਰਟਸ ਨਾਲ ਸ਼ਾਦੀਸ਼ੁਦਾ ਜ਼ਿੰਦਗੀ 'ਚ ਵੀ ਸੁਧਾਰ ਆਉਂਦਾ ਜਾਂ ਫਿਰ ਮਿਠਾਸ ਬਣਦੀ ਨਜ਼ਰ ਆ ਰਹੀ ਹੈ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 9, ਲੱਕੀ ਕਲਰ ਰਹੇਗਾ ਰੈੱਡ, ਅਤੇ ਤੁਸੀਂ ਉਪਾਅ ਕੀ ਕਰਨਾ, ਡੀਪ ਬਰੀਦਿੰਗ ਐਕਸਰਸਾਈਜ਼ ਅਤੇ ਲਾਫਟਰ ਥੈਰੇਪੀ ਪ੍ਰੈਕਟਿਸ ਕਰਨਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਐਕੁਏਰੀਅਸ ਯਾਨੀ ਕੁੰਭ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਡਾਇਟ ਦੇ ਜ਼ਰੀਏ ਤੁਸੀਂ ਵਜ਼ਨ ਤਾਂ ਘਟਾ ਲਓਗੇ ਪਰ ਆਪਣੀ ਇਮਿਊਨਿਟੀ ਦਾ ਵੀ ਜ਼ਰੂਰ ਧਿਆਨ ਰੱਖਣਾ, ਇਸ ਕਰਕੇ ਡਾਇਟ ਜਿਹੜੀ ਹੈ ਕਿਸੇ ਚੰਗੇ ਕੰਸਲਟੈਂਟ ਦੀ ਸੁਪਰਵਿਜ਼ਨ ਦੇ ਅੰਡਰ ਹੀ ਕਰਨੀ ਹੈ। ਕਿਸੇ ਬਜ਼ੁਰਗ ਦੀ ਸਲਾਹ ਨਾਲ ਜਿਹੜਾ ਹੈ ਤੁਹਾਡੀ ਆਪਣੀ ਲਾਈਫ ਵੀ ਇੰਪਰੂਵ ਹੋਏਗੀ, ਨਾਲ ਨਾਲ ਘਰ ਪਰਿਵਾਰ 'ਚ ਵੀ ਚੱਲ ਰਹੀ ਪ੍ਰੋਬਲਮਸ ਦਾ ਸੋਲਿਊਸ਼ਨ ਮਿਲੇਗਾ। ਅੱਜ ਕਿਸੇ ਦੇ ਪਰਿਵਾਰ 'ਚ ਕਿਸੇ ਦੀ ਮੂਡੀਨੈਸ ਦੇ ਕਾਰਨ ਜ਼ਰੂਰ ਮਾਹੌਲ ਥੋੜ੍ਹਾ ਜਿਹਾ ਅਪਸੈਟ ਹੋ ਸਕਦਾ, ਕਿਸੇ ਇਵੈਂਟ ਨੂੰ ਜਿਹੜਾ ਤੁਸੀਂ ਔਰਗਨਾਈਜ਼ ਕੀਤਾ ਹੈ ਜਾਂ ਤੁਸੀਂ ਉਹਦੇ ਵਿੱਚ ਪਾਰਟੀਸਿਪੇਟ ਕਰ ਰਹੇ ਹੋ, ਤੁਹਾਡੀ ਤਾਰੀਫ ਜ਼ਰੂਰ ਹੋ ਸਕਦੀ ਹੈ ਅੱਜ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 22, ਲੱਕੀ ਕਲਰ ਰਹੇਗਾ ਸਿਲਵਰ, ਅਤੇ ਤੁਸੀਂ ਉਪਾਅ ਕੀ ਕਰਨਾ, ਜਿੰਨਾ ਮੁਮਕਿਨ ਹੋਵੇ ਕਾਲੀ ਚੀਜ਼ਾਂ ਦਾ ਦਾਨ ਜ਼ਰੂਰ ਕਰਨਾ ਹੈ, ਬਸ ਕਾਲਾ ਕੱਪੜਾ ਦਾਨ ਕਰਨ ਤੋਂ ਕਿਸੇ ਤੋਂ ਪਰਹੇਜ਼ ਕਰਨਾ। ਹੁਣ ਗੱਲ ਕਰਾਂਗੇ ਆਖਰੀ ਰਾਸ਼ੀ ਪਾਈਸਿਸ ਯਾਨੀ ਮੀਨ ਦੀ। ਖਾਣ ਪਾਣ ਦੇ ਉੱਤੇ ਜੇ ਕੰਟਰੋਲ ਕਰ ਲਿਆ ਤਾਂ ਫਿਰ ਇਹਦਾ ਮਤਲਬ ਸਿਹਤ ਆਪਣੇ ਆਪ ਇੰਪਰੂਵ ਕਰ ਲਈ। ਅੱਜ ਜਿਹੜਾ ਹੈ ਇਹੀ ਸਮਾਂ ਕਹਿ ਰਿਹਾ ਕਿ ਥੋੜ੍ਹਾ ਬਾਹਰਲੇ ਖਾਣੇ ਤੋਂ, ਤਲੇ ਹੋਏ ਖਾਣੇ ਤੋਂ, ਜੰਕ ਫੂਡ, ਸਟਰੀਟ ਫੂਡ ਤੋਂ ਦੂਰੀ ਬਣਾਉਣੀ ਹੈ। ਪੈਸੇ ਦੇ ਮਾਮਲੇ 'ਚ ਥੋੜ੍ਹੀ ਜਿਹੀ ਅਟੈਂਟਿਵ ਅਪਰੋਚ ਹੋਣੀ ਜ਼ਰੂਰੀ ਹੈ। ਪੈਸਾ ਕਿਤੇ ਰੱਖ ਕੇ ਅੱਜ ਕੋਈ ਪੈਸਾ ਹੋਵੇ ਜਾਂ ਕੋਈ ਜ਼ਰੂਰੀ ਚੀਜ਼ ਹੋਵੇ, ਜ਼ਰੂਰੀ ਡਾਕੂਮੈਂਟ ਹੋਵੇ ਕਿਤੇ ਰੱਖ ਕੇ ਅੱਜ ਭੁੱਲ ਵੀ ਸਕਦੇ ਹਾਂ, ਇਸ ਕਰਕੇ ਬੜੀ ਕੇਅਰਫੁਲ ਅਪਰੋਚ ਨਾਲ ਆਪਣੀ ਜਿਹੜੀ ਇੰਪੋਰਟੈਂਟ ਚੀਜ਼ਾਂ ਉਹਨਾਂ ਨੂੰ ਹੈਂਡਲ ਕਰਨਾ। ਕੋਈ ਸ਼ਾਰਟ ਟ੍ਰਿਪ ਤੁਹਾਡੇ ਵਾਸਤੇ ਬੇਹੱਦ ਇੰਟਰਸਟਿੰਗ ਸਾਬਿਤ ਹੋਏਗਾ, ਨਵੇਂ ਲੋਕਾਂ ਨਾਲ ਮੁਲਾਕਾਤ ਹੋ ਸਕਦੀ ਹੈ, ਨਵੇਂ ਕਨੈਕਸ਼ਨਸ ਬਣ ਸਕਦੇ ਨੇ। ਅੱਜ ਆਪਣੇ ਅੰਦਰ ਦੇ ਜਿੰਨੇ ਪੋਜ਼ਿਟਿਵ ਚੇਂਜਸ ਤੁਸੀਂ ਲੈ ਕੇ ਆਓਗੇ ਲਾਈਫ 'ਚ ਵੀ, ਉਨੀ ਪੋਜ਼ਿਟਿਵਿਟੀ ਦਾ ਤੁਸੀਂ ਵੈਲਕਮ ਕਰ ਸਕਦੇ ਹੋ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 8, ਲੱਕੀ ਕਲਰ ਰਹੇਗਾ ਬੇਜ, ਲਾਈਟ ਬਰਾਊਨ ਕਲਰ ਦਾ ਇਸਤੇਮਾਲ ਵੀ ਤੁਸੀਂ ਕਰ ਸਕਦੇ ਹੋ, ਅਤੇ ਤੁਸੀਂ ਉਪਾਅ ਕੀ ਕਰਨਾ, ਇੱਕ ਛੋਟਾ ਜਿਹਾ ਲਾਲ ਰੰਗ ਦਾ ਰੁਮਾਲ ਜਾਂ ਲਾਲ ਰੰਗ ਦਾ ਕੱਪੜਾ ਤੁਸੀਂ ਲੈਣਾ, ਉਹਦੇ ਵਿੱਚ 7 ਪੱਤੀਆਂ ਗੁਲਾਬ ਦੀਆਂ ਰੱਖ ਕੇ ਫੋਲਡ ਕਰਕੇ ਉਹਨੂੰ ਸਾਰਾ ਦਿਨ ਆਪਣੇ ਕੋਲ ਜ਼ਰੂਰ ਰੱਖਣਾ, ਪਰਸ ਵੀ ਰੱਖ ਸਕਦੇ ਹੋ, ਪੋਕਿਟ 'ਚ ਵੀ ਰੱਖ ਸਕਦੇ ਹੋ। ਹੁਣ ਸਮਾਂ ਹੋ ਚੱਲਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ, ਪਰ ਇਸ ਵਾਅਦੇ ਨਾਲ ਕਿ ਕੱਲ੍ਹ ਫਿਰ ਮੁਲਾਕਾਤ ਹੋਏਗੀ, ਫਿਰ ਗੱਲ ਕਰਾਂਗੇ ਆਪਾਂ ਦਿਨ ਦੇ ਰਾਸ਼ੀਫਲ ਅਤੇ ਪੰਚਾਂਗ ਦੀ। ਉਦੋਂ ਤਾਈਂ ਮੈਨੂੰ ਯਾਨੀ ਐਸਟ੍ਰੋਲੋਜਰ ਮਨੀਸ਼ਾ ਕੌਸ਼ਿਕ ਨੂੰ ਦਿਓ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ।